FM 95 ਪੰਜਾਬ ਰੰਗ ਦੇ ਸਾਰੇ ਸਾਡੇ ਸੁਣਨ ਵਾਲੇ ਔਰ ਸਾਡੇ ਸਮੁੱਚੇ ਦੇਖਣ ਵਾਲੇ ਜਿਹੜੇ ਸੋਸ਼ਲ ਮੀਡੀਆ ਰਾਹੀਂ ਸਾਨੂੰ ਵੇਖ ਵੀ ਰਹੇ ਨੇ, ਉਹਨਾਂ ਨੂੰ ਅਸੀਂ ਨਨਕਾਣਾ ਸਾਹਿਬ 'ਚ ਇਸ ਲਾਈਵ ਕਵਰੇਜ ਦੇ ਵਿੱਚ ਜੀ ਆਇਆਂ ਨੂੰ ਕਿੰਨੇ ਆ ਤੁਹਾਡੇ ਕੰਨੀ ਪੈਂਦੀ ਹੈ ਆਵਾਜ਼, ਔਰ ਸੋਸ਼ਲ ਮੀਡੀਆ ਰਾਹੀਂ ਦੇਖਣ ਵਾਲੇ ਨੇ ਜਿਹੜੇ ਉਹਨਾਂ ਦੇ ਸਾਹਮਣੇ ਤੁਹਾਡਾ ਆਪਣਾ ਮਸੂਦ ਮੱਲੀ ਹਾਜ਼ਰ ਹੈ ਜੀ। ਜਿੱਦਾਂ ਮੈਂ ਪਹਿਲਾਂ ਅਰਜ਼ ਕੀਤਾ ਹੈ ਕਿ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਮ ਲੈਵਾ ਪੂਰੀ ਦੁਨੀਆ 'ਚ ਪਾਕਿਸਤਾਨ 'ਚ ਅਪੜੇ ਨੇ, ਸੋ ਇਸ ਵੇਲੇ ਵੀ ਸੰਗਤਾਂ ਦੇ ਵਿੱਚੋਂ ਕੁਛ ਜੀ ਸਾਡੇ ਨਾਲ ਨੇ, ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੋ ਇਹਨਾਂ ਨੇ ਕੁਝ ਸਮਾਂ ਦਿੱਤਾ ਤੇ ਆਓ ਇਹਨਾਂ ਨਾਲ ਵਿਚਾਰ ਵਟਾਂਦਰਾ ਵੀ ਕਰਨੇ, ਤੁਹਾਡੇ ਤੱਕ ਪਹੁੰਚਦਾ ਵੀ ਕਰਨੇ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਨਾਂ ਦੱਸਣਾ ਆਪਣਾ? ਜੀ ਮੇਰਾ ਨਾਮ ਨਰਿੰਦਰ ਕੌਰ ਹੈ ਜੀ। ਕਿੱਥੋਂ ਆਉਣਾ ਹੋਇਆ? ਅਸੀਂ UK ਤੋਂ ਆਏ ਹਾਂ, ਇੰਗਲੈਂਡ ਤੋਂ ਆਏ ਹਾਂ ਜੀ। ਵਲੈਤ ਵਾਲੇ ਨੇ ਜੀ ਇਹ? ਜੀ ਅਸੀਂ ਵਲੈਤ ਵਾਲੇ ਹਾਂ। ਅੱਛਾ, ਤੇ ਵਲੈਤ ਵਾਲਿਓ ਇਹ ਦੱਸੋ ਕਿ ਉਧਰ ਕਰਤਾਰਪੁਰ ਅਲਾਂਘੇ ਵੱਲੋਂ ਸਾਡੇ ਮੁੱਖ ਮੰਤਰੀ ਇਮਰਾਨ ਖਾਨ ਜੀ ਨੇ ਜਿਹੜੇ ਉਹਨਾਂ ਨੇ ਤੇ ਬਾਹਾਂ ਵੀ ਖੋਲ ਦਿੱਤੀਆਂ, ਬਾਰਡਰ ਵੀ ਖੋਲ ਦਿੱਤੇ, ਵੀਜ਼ੇ ਦੀ ਵੀ ਛੁੱਟ ਦੇ ਦਿੱਤੀ, ਪਾਸਪੋਰਟ ਵੀ ਨਹੀਂ ਮੰਗਿਆ, ID ਵੀ ਔਰ ਫੀਸਾਂ ਵੀ ਛੱਡ ਦਿੱਤੀਆਂ। ਕੀ ਮਹਿਸੂਸ ਕਰ ਰਹੇ ਜੀ ਇਸ ਪਿਆਰ ਦਾ? ਅਸੀਂ ਤਾਂ ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ ਇਸ ਟਾਈਮ ਕਿ ਸਾਨੂੰ ਉਹਨਾਂ ਨੇ ਇੰਨੀ ਸਿਕਿਉਰਿਟੀ ਵੀ ਬਹੁਤ ਦਿੱਤੀ ਹੋਈ ਹੈਗੀ ਸਾਡੇ ਵਾਸਤੇ, ਸਾਡਾ ਇਹ ਫਸਟ ਵਿਜ਼ਿਟ ਹੈਗਾ ਇਸ ਕੰਟਰੀ 'ਚ। ਅਸੀਂ ਸਾਡੇ ਅਸੀਂ ਆਪਣੇ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਕਿ ਅਸੀਂ ਇਸ ਮੌਕੇ ਤੇ 550 ਸਾਲਾਂ ਤੇ ਅਸੀਂ ਇਸ ਨਨਕਾਣਾ ਸਾਹਿਬ ਤੇ ਪਹੁੰਚੇ ਹਾਂ, ਤਾਂ ਕੱਲ੍ਹ ਅਸੀਂ ਕਰਤਾਰਪੁਰ ਸਾਹਿਬ ਗਏ ਸੀਗੇ, ਉੱਥੇ ਦਾ ਬਸ ਦੇਖ ਕੇ ਜੀ ਅਸੀਂ ਧੰਨ ਧੰਨ ਹੋ ਗਏ। ਕਿਆ ਕਹਿੰਦੇ? ਕੁਛ ਉਹਨਾਂ ਨੇ ਕੀਤਾ ਹੈ, ਇੱਥੇ ਦੇ ਪ੍ਰਾਈਮ ਮਿਨਿਸਟਰ ਨੇ, ਇਮਰਾਨ ਖਾਨ ਜੀ ਨੇ, ਅਸੀਂ ਤਾਂ ਉਹਨਾਂ ਦੇ ਦੇਣਦਾਰੀ ਹੋ ਗਏ ਜੀ। ਬਹੁਤ ਸੋਹਣਾ ਇਹਨਾਂ ਨੇ ਕੀਤਾ ਹੈਗਾ ਉਪਰਾਲਾ। ਅਸੀਂ ਤਾਂ ਇਹ ਚਾਹੁੰਦੇ ਹਾਂ ਜੀ ਇੱਧਰਲੇ ਵੀ ਭੈਣ ਭਰਾ ਉੱਧਰ ਜਾ ਸਕਣ, ਤਾਂ ਉੱਧਰਲੇ ਭੈਣ ਭਰਾ ਇੱਧਰ ਆ ਸਕਣ। ਜਿਹਨਾਂ ਨੇ ਨਨਕਾਣਾ ਸਾਹਿਬ ਦੇ ਨਹੀਂ ਦਰਸ਼ਨ ਕੀਤੇ, ਇੰਡੀਆ 'ਚ ਵੀ ਲੋਕ ਬਹੁਤ ਤਰਸਦੇ ਨੇ ਇਸ ਚੀਜ਼ ਨੂੰ, ਹੈ ਨਾ, ਵੀ ਉਹ ਵੀ ਇਸ ਚੀਜ਼ ਦੇ ਦਰਸ਼ਨ ਜ਼ਰੂਰ ਕਰਨ, ਸਾਡੇ ਨਨਕਾਣਾ ਸਾਹਿਬ ਆਪਣੇ ਗੁਰੂ ਬਾਬਾ ਨਾਨਕ ਜੀ ਦੇ। ਬਸ ਜੀ ਸਾਡੇ ਵੱਲੋਂ ਇਹੀ ਬੇਨਤੀ ਹੈ ਜੀ, ਅਸੀਂ ਬਹੁਤ ਖੁਸ਼ ਹੋਏ, ਅਸੀਂ ਸਾਨੂੰ ਅਸੀਂ ਸਮਝਦੇ ਸਾਡਾ ਜਨਮ ਸਫਲ ਹੋ ਗਿਆ। ਅੱਛਾ, ਮੈਂ ਇਹ ਗੱਲ ਪੁੱਛਣਾ ਚਾਹਾਂਗਾ ਪਾਕਿਸਤਾਨ ਵੱਲੋਂ ਤੇ ਇਹ ਜਿਹਨੂੰ ਕਹਿੰਦੇ ਨਾ ਕਿ ਹੱਲੇ ਮਾਰਦਾ ਇੱਕ ਜਿਹੜਾ ਪਿਆਰ ਆ, ਉਹਦੇ ਸਾਰੇ ਪੁਲ ਤੋੜ ਕੇ ਖੋਲ ਦਿੱਤੇ ਗਏ, ਚੜ੍ਹਦੇ ਪਾਸਿਓਂ ਦੁੱਧ 'ਚ ਮੰਗਣਾ ਹੀ ਪੈਂਦੀਆਂ ਰਹੀਆਂ ਕਿ ਇਹ ਹੋ ਗਿਆ ਹੋ ਗਿਆ, ਮੈਂ ਮਾਫੀ ਚਾਹਾਂਗਾ, ਪਰ ਇਹ ਹੱਕੀ ਗੱਲ ਆ। ਹੱਕੀ ਸੱਚੀ ਬਾਬੇ ਨਾਨਕ ਦੇ ਇਸ ਘਰ 'ਚ ਖਲੋ ਕੇ ਇਹ ਦੱਸੋ ਕੈਮਰੇ ਵੱਲ ਵੇਖ ਕੇ ਸਾਡੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਕਿ ਜੋ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਪਾਕਿਸਤਾਨ ਦੇ ਵਿੱਚ, ਹੱਕ ਸੱਚ ਆ ਜਿਹੜਾ ਉਹ ਕੀ ਹੈ? ਜੀ ਅਸੀਂ ਤਾਂ ਬਾਹਰੋਂ ਆਏ ਹਾਂ, ਅਸੀਂ ਸਾਨੂੰ ਬਹੁਤਾ ਇੰਡੀਆ ਦਾ ਪਤਾ ਨਹੀਂ ਕਿ ਉਹਨਾਂ ਦੀ ਪੋਲਿਟਿਕਸ 'ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈਗਾ, ਪਰ ਅਸੀਂ ਇਹ ਕਹਿੰਦੇ ਕਿ ਉੱਧਰ ਜੀ ਦੋ ਕੌਮਾਂ ਜੁੜੀਆਂ ਹੋਈਆਂ ਨੇ, ਹੈ ਨਾ, ਕਿ ਕੋਈ ਕੌਮ ਨਹੀਂ ਚਾਹੁੰਦੀ ਹੈਗੀ ਵੀ ਇਹ ਇਕੱਠੇ ਹੋਣ, ਕੋਈ ਚਾਹੁੰਦੀ ਹੈ ਵੀ ਇਕੱਠੇ ਹੋਣ, ਪਰ ਅਸੀਂ ਇਹਦੇ ਬਾਰੇ ਅਸੀਂ ਬਹੁਤਾ ਕੁਝ ਨਹੀਂ ਕਹਿ ਸਕਦੇ ਹੈਗੇ, ਇਹ ਸਾਡੀ ਵੀ ਮਜਬੂਰੀ ਹੈ ਕਿ ਸਾਨੂੰ ਇਸ ਬਾਰੇ ਬਹੁਤਾ ਪਤਾ ਨਹੀਂ, ਅਸੀਂ ਬਾਹਰੋਂ ਆਏ ਹਾਂ। ਅੱਛਾ, ਇਹ ਦੱਸੋ ਕਿ ਇੱਥੇ ਲੋਕਾਂ ਦਾ ਜਿਹੜਾ ਮੋਹ ਪਿਆਰ ਲੱਭ ਰਿਹਾ ਹੈ ਪਾਕਿਸਤਾਨੀ ਸਰਕਾਰ ਵੱਲੋਂ ਜੋ ਉਪਰਾਲੇ ਕੀਤੇ ਗਏ ਨੇ, ਤੁਹਾਡੀ ਆਓ ਭਗਤ ਲਈ ਉਸ ਬਾਰੇ ਕੀ ਕਹੋਗੇ? ਬਹੁਤ ਜ਼ਿਆਦਾ, ਅਸੀਂ ਤਾਂ ਕਹਿ ਰਹੇ ਹਾਂ ਵੀ ਸਾਨੂੰ ਤਾਂ VIP ਵਾਲਾ ਟ੍ਰੀਟਮੈਂਟ ਮਿਲਿਆ, ਜਿੰਨੀ ਸਾਨੂੰ ਸਿਕਿਉਰਿਟੀ ਉਹਨਾਂ ਨੇ ਦਿੱਤੀ ਹੈਗੀ, ਹੈ ਨਾ, ਵੀ ਅਸੀਂ ਤਾਂ ਬਹੁਤ ਖੁਸ਼ ਹਾਂ ਜੀ ਇਸ ਚੀਜ਼ ਤੋਂ। ਚਲੋ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਮਾਂ ਦਿੱਤਾ। ਕੋਈ ਕੁਝ ਥੋੜ੍ਹੇ ਜਿਹੇ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਜੇ ਸਾਡਾ ਕੈਮਰਾ ਜਿਹੜਾ ਹੋਏ ਜਲਦ ਦੇ ਦੇ, ਨਹੀਂ ਜਿੰਨੀ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਨਾਂ ਦੱਸਿਓ? ਮੇਰਾ ਨਾਮ ਕੁਲਵਿੰਦਰ ਕੌਰ ਹੈ। ਆਪਣਾ ਆਉਣਾ ਵੀ ਵਲੈਤ ਤੋਂ ਹੋਇਆ? ਹਾਂਜੀ, ਵਲੈਤ ਚੋਂ ਆਏ ਹਾਂ। ਅੱਛਾ ਕੁਲਵਿੰਦਰ ਜੀ, ਇਹ ਦੱਸੋ ਕਿ ਇਸ ਅਲਾਂਘੇ ਤੋਂ ਬਾਅਦ ਬਾਕੀ ਇਹ ਜਿਹੜੇ ਉਪਰਾਲੇ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਇਸ ਗੁਰਪੁਰਬ ਦਾ ਜਿਹੜਾ ਸਮਾਗਮ ਤੁਸੀਂ ਦੇਖ ਰਹੇ ਜੇ, ਸੋਚਿਆ ਕੀ ਸੀਗਾ ਔਰ ਇੱਥੇ ਪ੍ਰੈਕਟੀਕਲੀ ਕੀ ਦਿਸਿਆ? ਬਸ ਅਸੀਂ ਜੋ ਸੋਚਿਆ ਸੀ ਉਸ ਨਾਲੋਂ ਜ਼ਿਆਦਾ ਅਸੀਂ ਦੇਖਿਆ, ਅਸੀਂ ਤਾਂ ਇੱਦਾਂ ਲੱਗਦੀ ਜਿੱਦਾਂ ਅਸੀਂ ਸਵਰਗਾਂ 'ਚ ਅੱਗੇ ਬਹਿ ਕੇ ਹੈਗੇ। ਬੜੀ ਸ਼ਾਂਤੀ ਮਿਲੀ ਇੱਥੇ ਆ ਕੇ, ਇੱਕਦਮ ਨਹੀਂ, ਬਹੁਤ ਸੇਵਾ, ਬਹੁਤ ਸੇਵਾ ਵੀ ਬਹੁਤ ਹੈ ਜੀ, ਸ਼ਾਂਤੀ ਇੰਨੀ ਆ ਕੇ ਮਿਲੀ ਨਾ ਕਿ ਸਕੂਨ ਇੰਨਾ ਮਿਲਿਆ ਆ ਕੇ ਬਾਬਾ ਜੀ ਦੇ ਦਰਸ਼ਨ ਕਰਕੇ। ਬਸ ਇੰਡੀਆ ਤੋਂ ਆਏ। ਅੱਛਾ, ਇਹ ਦੱਸੋ ਕਿ ਜਦੋਂ ਵਾਪਸ ਵਲੈਤ ਜਾਓਗੇ ਇੱਥੇ ਦੀ ਕਿਹੜੀ ਗੱਲ ਹੈ ਜਿਹੜੀ ਜਾ ਕੇ ਉੱਥੇ ਜੀਆਂ ਨੂੰ ਜ਼ਰੂਰ ਦੱਸੋਗੇ ਬਈ ਇਹ ਗੱਲ ਤੇ ਇਦਾਂ ਸੀਗੀ ਪਰ ਉੱਥੇ ਤੇ ਇਦਾਂ ਜੇ? ਇੱਥੇ ਦਾ ਪਿਆਰ ਦੱਸੂਗੇ ਬਈ ਲੋਕਾਂ ਦਾ, ਇਸ ਪਿਆਰ ਸਾਨੂੰ ਜੋ ਉਹਨਾਂ ਨੇ ਨਾ ਸਾਨੂੰ ਦਿੱਤਾ ਹੈ ਨਾ, ਅਸੀਂ ਭੁੱਲ ਨਹੀਂ ਸਕਦੇ। ਹਾਂਜੀ, ਤੇ ਇਸ ਪਿਆਰ ਵੱਲੋਂ ਮੇਰੀ ਵੀ ਇਹ ਰੀਝ ਹੈ ਕਿ ਜਦੋਂ ਤੁਸੀਂ ਜਾਓ ਤੇ ਝੋਲੀਆਂ ਭਰ ਭਰ ਲੈ ਕੇ ਜਾਓ ਔਰ ਬਾਬੇ ਨਾਨਕ ਦੇ ਇਸ 550ਵੇਂ ਜਨਮ ਦਿਨ ਦੀਆਂ ਰੌਣਕਾਂ ਦੀਆਂ ਇਹ ਯਾਦਾਂ ਨੇ ਜਿਹੜੀਆਂ ਸੋਹਣੀਆਂ ਸਵਲੜੀਆਂ ਬਣ ਕੇ ਤੁਹਾਡੇ ਨਾਲ ਨਾਲ ਰਹਿਣ, ਤੇ ਅਸੀਂ ਪੂਰੀ ਪਾਕਿਸਤਾਨੀ ਕੌਮ ਵੱਲੋਂ ਤੁਹਾਡਾ ਸਵਾਗਤ ਕਰਨੇ ਆ ਜੀ ਆਇਆਂ ਨੂੰ ਕਹਿੰਦੇ ਆ ਔਰ ਇਹ ਅਰਦਾਸ ਅਸੀਂ ਹਰੇਕ ਸਾਲ ਇੱਥੇ ਆਈਏ, ਬਾਬੇ ਦਾ ਹਰੇਕ ਜਨਮ ਦਿਨ ਇੱਥੇ ਮਨਾਈਏ ਆ ਕੇ ਜੀ। ਬੜੀ ਮਿਹਰਬਾਨੀ, ਤੁਸੀਂ ਕੁਝ ਸਮਾਂ ਦਿੱਤਾ। ਹਾਂਜੀ, ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਇੰਨੀ ਸੇਵਾ ਦਾ ਮੌਕਾ ਦਿੱਤਾ ਹੈ ਨਾ, ਅਸੀਂ ਤਾਂ ਬਹੁਤ ਨਿਹਾਲ ਹੋ ਗਏ, ਮਹਿਸੂਸ ਕਰ। ਥੈਂਕ ਯੂ ਜੀ, ਥੈਂਕ ਯੂ ਜੀ ਤੁਹਾਡਾ। ਥੈਂਕ ਯੂ ਜੀ। ਲੋ ਜੀ, FM 95 ਪੰਜਾਬ ਰੰਗ ਦੇ ਜਿਹੜੇ ਸੁਣਨ ਵਾਲੇ ਨੇ ਔਰ ਸਾਡੇ ਦੇਖਣ ਵਾਲੇ ਜਿਹੜੇ ਦਰਸ਼ਕ ਨੇ, ਉਹਨਾਂ ਵਾਸਤੇ ਸੀ ਇਹ ਕਵਰੇਜ ਨਨਕਾਣਾ ਸਾਹਿਬ ਤੋਂ। ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਹੋਰ ਕੀ ਚਾਹ ਨੇ, ਦੇਸ਼ੋਂ ਵਿਦੇਸ਼ੋਂ ਆਈਆਂ ਸੰਗਤਾਂ ਨੇ ਜਿਹੜੀਆਂ, ਉਹਨਾਂ ਦੇ ਕੀ ਮਾਣ ਨੇ, ਕੀ ਉਹਨਾਂ ਦੀਆਂ ਰੀਝਾਂ ਨੇ, ਉਸ ਬਾਰੇ ਵੀ ਜ਼ਰੂਰ ਜਾਣੂ ਕਰਾਵਾਂਗੇ। ਪਰ ਫਿਲਹਾਲ ਇੰਨਾ ਹੀ, ਚੱਲੇ ਹਾਂ ਵਾਪਸ ਲਾਹੌਰ ਸਟੂਡੀਓਜ਼।